ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MS ਸਟੱਡੀ ਫੋਰ ਜੋਬ ਦੇ ਵਿੱਚ, ਜੋ ਕਿ 10ਵੀਂ ਦਾ ਰਿਜ਼ਲਟ ਤੁਹਾਨੂੰ ਦੱਸਿਆ ਗਿਆ ਸੀ ਰਾਤ 12 ਵਜੇ, ਜਿਹੜਾ ਅਪਲੋਡ ਕਰ ਦਿੱਤਾ ਹੈਗਾ ਵੈਬਸਾਈਟ 'ਤੇ. ਉਹ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਹੈ. ਕਿਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ? ਆਪਣੇ ਹੀ ਮੋਬਾਈਲ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਕਿਸੇ ਵੀ ਬਰਾਊਜ਼ਰ ਦੇ ਵਿੱਚ ਜਾ ਸਕਦੇ ਹੋ, ਜਿਵੇਂ ਕਿ ਦੇਖ ਸਕਦੇ ਹੋ ਤੁਸੀਂ ਇੱਥੇ ਅਸੀਂ ਜਾ ਰਹੇ ਹਾਂ ਜੂਸੀ ਬਰਾਊਜ਼ਰ ਦੇ ਵਿੱਚ. ਜੂਸੀ ਬਰਾਊਜ਼ਰ ਦੇ ਵਿੱਚ ਜਾ ਕੇ ਤੁਸੀਂ ਇਸ 'ਤੇ ਕਲਿੱਕ ਕਰ ਦੇਣਾ. ਜਦੋਂ ਹੀ ਤੁਸੀਂ ਖੋਲ੍ਹੋਗੇ ਤਾਂ ਅੱਗੇ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਲਿਖਣਾ PSB ਰਿਜ਼ਲਟ 2019 ਇੱਥੇ ਲਿਖ ਦੇਣਾ ਤੁਸੀਂ 2019, ਸਰਚ ਕਰ ਦੇਣਾ. ਉਸ ਤੋਂ ਬਾਅਦ ਸਰਚ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਤੁਸੀਂ ਇਸ ਲਿੰਕ 'ਤੇ ਜਾਣਾ ਜਿੱਥੇ ਤੁਹਾਨੂੰ ਇਹ ਲਿਖਿਆ ਮਿਲੇਗਾ www.pseb.ac.in 'ਤੇ. ਇਸ 'ਤੇ ਆ ਕੇ ਜਦੋਂ ਕਲਿੱਕ ਕਰੋਗੇ ਤੁਸੀਂ ਤਾਂ ਅਫੀਸ਼ੀਅਲ ਵੈਬਸਾਈਟ ਖੁੱਲ੍ਹ ਜਾਏਗੀ. ਜ਼ੂਮ ਕਰਕੇ ਥੋੜ੍ਹਾ ਜਿਹਾ ਦੇਖੋ, ਇੱਥੇ ਇਸ ਤਰ੍ਹਾਂ ਨਿਊਜ਼ ਆ ਰਹੀ ਹੈ ਤੁਹਾਡੇ ਅੱਗੇ, ਮੈਟ੍ਰਿਕ ਇਲੈਕਸ਼ਨ ਐਗਜ਼ਾਮੀਨੇਸ਼ਨ ਰਿਜ਼ਲਟ 2019. ਇਸ 'ਤੇ ਕਲਿੱਕ ਕਰ ਦੇਣਾ. ਉਸ ਤੋਂ ਬਾਅਦ ਤੁਸੀਂ ਦੁਬਾਰਾ ਫਲੈਸ਼ ਹੋਏਗਾ ਇਹ ਵਾਰ ਵਾਰ, ਤਾਂ ਇਸ 'ਤੇ ਕਲਿੱਕ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਅੱਗੇ ਟੈਬ ਖੁੱਲ੍ਹੇਗਾ, ਉਸ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਆਪਣਾ ਰੋਲ ਨੰਬਰ ਫਿਲ ਕਰਨਾ ਹੋਏਗਾ ਜਾਂ ਤੁਸੀਂ ਆਪਣਾ ਨਾਮ ਭਰ ਕੇ. ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ, ਦੇਖੋ ਜੀ ਇਸ ਤਰ੍ਹਾਂ ਇਹ ਖੁੱਲ੍ਹ ਜਾਏਗਾ. ਤਾਂ ਇੱਥੇ ਤੁਸੀਂ ਆਪਣਾ ਰੋਲ ਨੰਬਰ ਜਾਂ ਆਪਣਾ ਨੇਮ ਭਰ ਕੇ ਜਿਹੜਾ ਰਿਜ਼ਲਟ ਦੇਖ ਸਕਦੇ ਹੋ ਜੀ. ਉਸ ਤੋਂ ਗੋ ਕਰ ਦੇਣਾ ਤੁਸੀਂ, ਗੋ ਦੀ ਆਪਸ਼ਨ 'ਤੇ ਜਿਹੜਾ ਕਲਿੱਕ ਕਰਕੇ ਆਪਣਾ ਰਿਜ਼ਲਟ ਪ੍ਰਾਪਤ ਕਰ ਸਕਦੇ ਹੋ. ਠੀਕ ਆ ਜੀ, ਆ ਸਕੇ ਤੁਹਾਨੂੰ ਵੀਡੀਓ ਵਧੀਆ ਲੱਗੂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ. ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ 'ਤੇ. ਥੈਂਕ ਯੂ ਸੋ ਮੱਚ, ਟੇਕ ਕੇਅਰ.